ਬੱਚਿਆਂ ਦਾ ਪਾਲਣ ਕਰ ਜੋੜੀ ਜੋੜੀ ਪਾਣੀ ਪੀਣਾ ਜੋੜੀ 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 ਦੇਖੋ ਸਤਿ ਸ਼੍ਰੀ ਅਕਾਲ ਕਰੋ ਕਿ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਰ ਲਿਆ ਅੰਗਿਆਂ ਦਾ ਪਾਲਣ ਕਰ ਲਿਆ ਇੱਕ ਨੇ 5-7 ਬਾਲਟੀ ਇੱਕ ਡੋਲ ਕੇ ਫੇਰ ਘੁੱਟ ਪਾਣੀ ਦੇ ਪੀਣੀਆਂ ਨੇ ਅਤੇ ਲਓ ਜੀ ਆਪਾਂ ਵਲੌਗ ਸ਼ੁਰੂ ਕਰਦੇ ਹਾਂ ਅਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ 'ਤੇ ਅਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਤੇ ਅਸੀਂ ਵੀ ਸਾਰੇ ਵਧੀਆ ਹਾਂ ਠੀਕ ਠਾਕ ਹਾਂ ਅਤੇ ਟਾਈਮ ਜਿਹੜਾ ਸ਼ਾਮ ਦਾ ਹੋ ਗਿਆ ਕਿੰਨੇ 3:30 ਹੋ ਗਏ ਅਤੇ ਬਾਕੀ ਤੁਸੀਂ ਕੰਮ ਕਾਰ ਹੁੰਦੇ ਦੇਖ ਕੇ ਸਮਝ ਗਏ ਹੋਣੇ 3:30 ਵਜੇ ਆਮ ਘਰਾਂ ਦੇ ਵਿੱਚ ਹੀ ਕੰਮ ਚੱਲੀ ਪੈਂਦਾ ਹੈ ਨਾ ਪਿੰਡਾਂ ਦੇ ਵਿੱਚ ਸਾਰੇ ਜਾਣੇ ਪਸ਼ੂਆਂ ਨੂੰ ਪਾਣੀ ਪਿਲਾਉਣਾ ਸੰਨੀਆਂ ਪਾਉਣੀਆਂ ਸਾਰਾ ਕੰਮ ਸ਼ੁਰੂ ਹੋ ਹੀ ਜਾਂਦਾ ਅਤੇ ਇਹ ਵੀ ਲੱਗੇ ਹੋਏ ਪਾਣੀ ਪਿਲਾਉਣ ਅਤੇ ਆਪਾਂ ਕਰਦੇ ਹਾਂ ਵਲੌਗ ਦੀ ਸਟਾਰਟਿੰਗ ਹੋਰ ਸੁਣਾਓ ਕੀ ਹਾਲ ਚਾਲ ਨੇ ਠੀਕ ਠਾਕ ਹੋ ਅਤੇ ਮੈਂ ਵੀ ਵਧੀਆ ਅਸੀਂ ਸਾਰੇ ਵਧੀਆ ਠੀਕ ਠਾਕ ਹਾਂ ਅਤੇ ਆਪਣੇ ਇਹ ਵੀ ਵਧੀਆ ਨੇ ਮਾਲ ਪਸ਼ੂ ਵੀ ਸਾਰਾ ਵਧੀਆ ਠੀਕ ਠਾਕ ਆ ਵੱਡਾ ਚਿਹਰਾ ਵੀ ਠੀਕ ਠਾਕ ਆ ਸਾਰੇ ਨਿਖਰੇ ਦਿਖਰੇ ਨੇ ਵੱਡੇ ਚਿਹਰੇ ਨੂੰ ਛੱਡ ਗਏ ਵੱਡੇ ਚਿਹਰੇ ਨੂੰ ਕੋਈ ਮਲਕੇ ਨਾਲ ਆਉਂਦਾ ਨਹੀਂ ਵਿਚਾਰੇ ਲੱਤਾਂ ਮਾਰਦਾ ਇਹ ਜਦੋਂ ਇਹਨਾਂ ਨਾਲ ਆਉਣ ਲੱਗੋ ਲੱਤ ਮਾਰਦਾ ਹੈ ਅਤੇ ਸਿਮਰਨ ਆਪਣੀ ਪਾਣੀ ਡੋਲ ਡੋਲ ਪੀਂਦੀ ਆ ਕਿਉਂ ਮਿੱਠੂ ਆ ਮਿੱਠੀ ਪਾਣੀ ਡੋਲ ਡੋਲ ਕਰਕੇ ਪੀਂਦਾ ਪੁੱਤ ਉਹਨੇ ਮਾਰੀ ਟੱਕਰ ਇਹ 'ਚ ਡਰੀ ਖੜੀ ਆ ਹੁਣ ਡਰੀ ਆ ਜਾ ਮਾਰ ਆ ਜਾ ਚਲੋ ਚੱਲੀਏ ਅੰਦਰ ਪੈਰ ਪੁੱਟ ਧੋ ਕੇ ਚੱਲਦੇ ਤੇ ਮੈਂ ਕਣਕ ਛਾਨਣੀ ਆ ਮੈਨੂੰ ਹੁਣੇ ਹੁਣੇ ਯਾਦ ਆਇਆ ਤੇ ਮੈਂ ਸਵੇਰ ਦੀ ਜਿਹਾਨ ਨੂੰ ਪੜ੍ਹਾਉਂਦੀ ਸੀ ਉਹਦਾ ਲਾਸਟ ਪੇਪਰ ਆ ਕੱਲ੍ਹ ਤੇ ਦਿਨ ਹੈਗਾ ਅੱਜ ਕੀ ਦਿਨ ਅੱਜ ਦਿਨ ਵੀਰਵਾਰ ਦਾ ਦਿਨ ਕੀ ਕਰਨਾ ਤੂੰ ਹਾਂ ਸੱਚ ਮੈਂ ਤਾਂ ਕੜਾਹੀ ਵੀ ਕਰਨੀ ਤੀ ਚੱਲ ਕਰ ਦਿੰਦੀ ਹਾਂ ਕੋਈ ਗੱਲ ਕਰਦੀ ਮੈਂ ਹੁਣ ਪਹਿਲਾਂ ਕਣਕ ਛਾਣ ਦਾ ਮੇਰੇ ਨਾਲ ਕਣਕ ਥੱਲੇ ਰੱਖਾ ਕੇ ਆਓ ਪਤਾ ਤੁਹਾਨੂੰ ਪਤਾ ਪੂਰੇ ਅੱਜ 2 ਮਹੀਨੇ ਮਗਰੋਂ ਮੋਟਰ ਚੱਲੀ ਆ ਆਪਣੀ ਉਹ ਅਸੀਂ ਝੋਨਾ ਬੀਜਿਆ ਹੋਇਆ ਝੋਨਾ ਸਾਡਾ ਰੱਬ ਆਸਰੇ ਪਲ ਗਿਆ ਰੱਬ ਮੀਂਹ ਪਾਈ ਗਿਆ ਅਤੇ ਝੋਨਾ ਆਪਣਾ ਪਲ ਗਿਆ ਪੂਰੇ ਯਾਰ ਕੀ ਹੋ ਗਿਆ ਛਿੱਕਾ ਮਾਰਨ ਲੱਗ ਗਿਆ ਮੈਨੂੰ ਨਾ ਦਿਖਾਈ ਗਿਆ ਛਿੱਕਾ ਮਾਰ ਮਾਰ ਦਿਆ ਅੱਜ ਬੁਰੀ ਹਾਲਤ ਹੋ ਗਈ ਹੈ ਕੀ ਹੋ ਗਿਆ ਛਿੱਕਾ ਗਿਆ ਕੀ ਹੋ ਗਿਆ ਸ਼ਕਲ ਦੀ ਸੋਹਣੀ ਨਹਾਇਆ ਨਹੀਂ ਹੋਇਆ ਪੜ੍ਹੀ ਜਾਂਦਾ ਹੁਣ ਉੱਠ ਕੇ ਨਹਾਊਗਾ ਅਤੇ ਨਹਾਈ ਤਾਂ ਮੈਂ ਵੀ ਨਹੀਂ ਹਾਲੇ ਸਵੇਰੇ ਮੈਂ ਕੰਮ ਕਰਕੇ ਪੈਸੇ ਗੱਲ ਕਰਨ ਨੂੰ ਫੜ ਗਈ ਤੇ ਕੀ ਕਹਿਣ ਲੱਗੀ ਸੀ ਮੈਂ ਸਵੇਰੇ ਤੁਹਾਨੂੰ ਕਿਹਾ ਵੀ ਮੇਰੇ ਨਾ ਸਾਰਾ ਅੱਜ ਮੈਂ ਬਹੁਤ ਦਿਨਾਂ ਬਾਅਦ ਸਵੇਰੇ ਸਵੇਰੇ ਮਤਲਬ ਸਵੇਰੇ 9 ਵਜੇ ਝਾੜੂ ਪੋਚਾ ਕਰਤਾ ਵੀ ਦੋ ਸਾਲਾਂ ਬਾਅਦ ਨਹੀਂ ਕਾਫੀ ਦਿਨਾਂ ਬਾਅਦ ਜਾਣੀ ਕਿ ਸਵੇਰੇ ਸਵੇਰੇ ਮੈਂ ਝਾੜੂ ਪੋਚਾ ਕਰਤਾ ਕਿਉਂਕਿ ਕਈ ਦਿਨ ਹੋ ਗਏ ਸੀ ਪੋਚੇ ਨਹੀਂ ਸੀ ਲੱਗ ਰਹੇ ਚੰਗੀ ਤਰ੍ਹਾਂ ਹਾਂਜੀ ਅਤੇ ਫਿਰ ਮੈਂ ਝਾੜੂ ਪੋਚਾ ਕਰਕੇ ਮੈਂ ਜਾਣ ਕਿਹਾ ਵੀ ਹੁਣ ਮੈਨੂੰ ਪਹਿਲਾਂ ਹੈ ਨਾ ਉਹ ਕਰ ਲੈਣ ਦੇ ਨਹਾਏ ਆਉਣ ਦੇ
ਵੀ ਫੇਰ ਮੈਂ ਆ ਕੇ ਰੋਟੀ ਬਣਾ ਕੇ ਦੇਣ ਲੈਂਦੀ ਆ। ਕਹਿੰਦਾ ਨਾ ਜੀ ਨਾ ਖਾਣੀ ਆ ਰੋਟੀ। ਹਾਂਜੀ, ਤੇ ਕਹਿੰਦਾ ਨਾ ਖਾਣੀ ਆ ਮੈਂ ਰੋਟੀ, ਨਾ ਤੁਸੀਂ ਨਹਾਉਣਾ ਨਾ ਮੈਂ ਨਹਾਉਣਾ, ਆਪਾਂ ਪੜ੍ਹਨਾ ਆ। ਰੋਟੀ ਫਿਰ ਮੈਂ ਇਹਨੂੰ ਪਹਿਲਾਂ ਰੋਟੀ ਬਣਾ ਕੇ ਦਿੱਤੀ ਤੇ ਫਿਰ ਉਸ ਤੋਂ ਬਾਅਦ ਆਪਾਂ ਜਦੇ ਹੀ ਇਹਨੂੰ ਪੜ੍ਹਾਉਣ ਬੈਠ ਗਏ। ਤੇ ਚਲੋ ਜੀ ਹੁਣ ਆਪਾਂ ਕੋਈ ਗੱਲ ਨਹੀਂ ਫਰੀ ਹਾਂ। ਬੱਚੇ ਲਈ ਇੰਨਾ ਕੁਛ ਕਰਨਾ ਵੀ ਪੈਂਦਾ, ਬਹੁਤ ਕੁਛ ਛੱਡਣਾ ਵੀ ਪੈਂਦਾ, ਕੁਛ ਖੋਣ ਲਈ, ਜਿਵੇਂ ਕੁਛ ਪਾਉਣ ਲਈ, ਕੁਛ ਪਾਉਣ ਲਈ ਉਲਟੇ ਬੋਲਿਆ ਜਾਣਾ ਸੀ, ਕੁਛ ਪਾਉਣ ਲਈ ਕੁਛ ਖੋਣਾ ਵੀ ਪੈਂਦਾ। ਕੋਈ ਗੱਲ ਨਹੀਂ ਜੀ, ਆਪਾਂ ਥੋੜ੍ਹਾ ਜਿਹਾ ਦਿਨ ਘਰ ਦੀ ਸਫਾਈ ਘੱਟ ਕਰ ਲਈ, ਜਾਂ ਆਪਾਂ ਘੱਟ ਨਹਾ ਲਏ, ਜਾਂ ਆਪਾਂ ਘੱਟ ਖਾ ਲਿਆ। ਮੈਂ ਰੋਟੀ ਵੀ ਘੱਟ ਖਾਧੀ ਆ, ਕਿੰਨੇ ਦਿਨ ਹੋ ਗਏ ਮੈਂ ਸਵੇਰੇ ਇੱਕ ਰੋਟੀ ਖਾਂਦੀ ਹਾਂ। ਅਤੇ ਮੈਨੂੰ ਪਤਾ ਵੀ ਮੈਂ ਰੋਟੀ ਖਾ ਲਈ ਅਤੇ ਰੱਜ ਕੇ ਰੋਟੀ ਖਾ ਲਈ, ਦਹੀਂ ਲੱਸੀ ਪੀ ਲਿਆ, ਅਤੇ ਉਸ ਤੋਂ ਬਾਅਦ ਮੈਨੂੰ ਨੀਂਦ ਆ ਜਾਂਦੀ ਆ। ਅਤੇ ਮੈਂ ਰੋਟੀ ਵੀ ਘੱਟ ਖਾਧੀ ਅਤੇ ਦਵਾਈ ਵੀ ਵੇਲੇ ਵੇਲੇ, ਮੈਂ ਦੁਪਹਿਰ ਵਾਲੀ ਦਵਾਈ ਛੱਡੀ ਹੋਈ ਸੀਗੀ। ਚਲੋ ਕੋਈ ਗੱਲ ਨਹੀਂ, ਹੁਣ ਲੈ ਲਿਆ ਕਰਾਂਗੇ। ਅਤੇ ਲਓ ਜੀ ਇੱਥੇ ਹੁਣ ਮੈਂ ਛਾਣੂੰਗੀ ਕਣਕ ਜਿਹੜੀ ਆਪਾਂ ਧੋ ਕੇ ਰੱਖੀ ਹੋਈ ਆ। ਕਣਕ ਜਿਹੜੀ ਬਹੁਤ ਵਧੀਆ ਸੁੱਕ ਗਈ ਸੀਗੀ, ਅਤੇ ਇਹਦੇ ਵਿੱਚੋਂ ਹੋਰ ਤਾਂ ਕੁਛ ਨਹੀਂ ਹੁੰਦਾ ਹੈਗਾ, ਗੁੱਲੀ ਡੰਡਾ ਰਹਿ ਜਾਂਦਾ ਆ, ਉਹ ਫਿਰ ਛਾਣ ਕੇ ਕੱਢਣਾ ਪੈਂਦਾ ਆ, ਹੈ ਨਾ। ਅਤੇ ਕੱਟ ਤਾਂ ਆਪਾਂ ਧੋਂਦੇ ਧੋਂਦੇ ਵੀ ਸਕਦੇ ਹਾਂ, ਬਟ ਉੱਥੇ ਪਾਣੀ ਬਹੁਤ ਜ਼ਿਆਦਾ ਲੱਗ ਜਾਂਦਾ ਆ, ਅਤੇ ਫਿਰ ਨਾਲੇ ਇਹ ਗਿੱਲਾ ਹੋ ਕੇ ਨਾਲੇ ਚੁੰਬੜੀ ਜਾਂਦਾ, ਪਰ ਪਾਣੀ ਵੱਧ ਡੋਲਣਾ ਪੈਂਦਾ ਜੇ ਆਪਾਂ ਛਾਲਣੇ ਰਾਹੀਂ ਉਦੋਂ ਨਾਲ ਦੀ ਨਾਲ ਕੱਢਦੇ ਹਾਂ, ਅਤੇ ਟਾਈਮ ਵੱਧ ਲੱਗਦਾ ਅਤੇ ਨਾਲੇ ਪਾਣੀ ਬਹੁਤ ਜ਼ਿਆਦਾ ਲੱਗ ਜਾਂਦਾ। ਫਿਰ ਉਹਦੇ ਨਾਲ ਬਿਹਤਰਾ ਵੀ ਆਪਾਂ ਕਣਕ ਨੂੰ ਸੁੱਕਣੀ ਪਾ ਦਿਉ, ਸੁੱਕਣੀ ਤੋਂ ਬਾਅਦ ਜਦੋਂ ਐਨ ਚੰਗੀ ਤਰ੍ਹਾਂ ਸੁੱਕ ਗਈ, ਆਟਾ ਬਣਨ ਦੀ ਯੋਗ ਹੋ ਗਈ, ਕੜੱਕ ਹੋ ਜਾਂਦੀ ਆ, ਅਤੇ ਫਿਰ ਇਹਨੂੰ ਛਾਲਣੇ ਦੇ ਨਾਲ ਛਾਣ ਕੇ ਆਪਾਂ ਥੈਲੇ ਦੇ ਵਿੱਚ ਪਾ ਦਿੰਦੇ ਹਾਂ, ਠੀਕ ਆ ਜੀ। ਅਤੇ ਕਣਕ ਦਾ ਆਟਾ ਜਿਹੜਾ ਪਿਛਲੀ ਵਾਰੀ ਜਿਹੜੀ ਕਣਕ ਆਪਾਂ ਬਿਨਾਂ ਧੋਤੇ ਛਾਣੀ ਸੀਗੀ ਨਾ, ਆਹੀ ਥੈਲਾ ਸੀਗਾ, ਕਣਕ ਦਾ ਫੁੱਲ ਭਰਿਆ ਹੋਇਆ ਸੀ, ਅੱਧੀ ਕੁ ਥੋੜ੍ਹੀ ਕੁ ਛਾਣ ਲਈ ਸੀਗੀ ਬਸ, 20-25 ਕਿਲੋ ਮੈਂ। ਬਟ ਉਹਦੀਆਂ ਰੋਟੀਆਂ ਨਹੀਂ ਉਨੀਆਂ ਵਧੀਆ ਬਣੀਆਂ ਜਿੰਨੀਆਂ ਧੋਤੀ ਹੋਈ ਕਣਕ ਦੀਆਂ ਵਧੀਆ ਬਣਦੇ ਨੇ, ਪਤਾ ਨਹੀਂ ਤਾਂ ਹੁਣ ਆਦਤ ਬਣ ਗਈ। ਅਤੇ ਮੈਂ ਤੁਹਾਨੂੰ ਉਸ ਵੀਡੀਓ ਦੇ ਵਿੱਚ ਕਿਹਾ ਵੀ ਸੀਗਾ ਵੀ ਆਪਾਂ ਦੇਖਾਂਗੇ ਵੀ ਧੋਤੀ ਹੋਈ ਕਣਕ ਦੀ ਰੋਟੀ ਵਧੀਆ ਬਣਦੀ ਆ ਜਾਂ ਵਿਦਾਊਟ ਧੋਤੀ ਹੋਈ, ਬਟ ਨਹੀਂ, ਧੋਤੀ ਹੋਈ ਕਣਕ ਦੀ ਰੋਟੀ ਬਹੁਤ ਵਧੀਆ ਬਣਦੀ ਹੈ। ਜਿਹਨੂੰ ਆਪਾਂ ਬਿਨਾਂ ਧੋਤੇ ਆਟਾ ਬਣਾਇਆ ਸੀ ਉਹਦੀ ਰੋਟੀ ਨਹੀਂ ਉਨੀ ਵਧੀਆ ਬਣੀ ਹੈਗੀ, ਕਾਲੀ ਕਾਲੀ ਜਿਹੀ ਰੋਟੀ ਬਣਦੀ ਆ, ਬੱਚੇ ਪਸੰਦ ਨਹੀਂ ਕਰਦੇ ਉੱਦਾਂ ਦੀ ਰੋਟੀ ਨੂੰ। ਅਤੇ ਇਹਦੀਆਂ ਰੋਟੀਆਂ ਜਿਹੜੀਆਂ ਚਿੱਟੇ ਵਧੀਆ ਚਿੱਟੀਆਂ ਚਿੱਟੀਆਂ ਜਿਹੀਆਂ ਬਣਦੀਆਂ ਅਤੇ ਫੁੱਲ ਫੁੱਲ ਕੇ ਆਉਂਦੀਆਂ ਨੇ, ਬਹੁਤ ਵਧੀਆ ਆਟਾ ਬਣ ਜਾਂਦਾ ਹੈ। ਅਤੇ ਲਓ ਜੀ ਆਪਾਂ ਕਣਕ ਛਾਣ ਕੇ ਪਾ ਦਿੰਦੇ ਹਾਂ ਥੈਲੇ ਦੇ ਵਿੱਚ। ਅਤੇ ਪਲੀਜ਼ ਜੇਕਰ ਮੇਰੀ ਇੱਕ ਰਿਕੁਐਸਟ ਆ ਛੋਟੀ ਜੀ, ਜੇਕਰ ਤੁਸੀਂ ਵੀਡੀਓ 'ਤੇ ਪਹਿਲੀ ਵਾਰੀ ਆਏ ਤਾਂ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਓ, ਅਤੇ ਵੀਡੀਓ ਵਧੀਆ ਲੱਗੀ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ, ਅਤੇ ਇੱਕ ਆਪਣਾ ਪਿਆਰਾ ਜਿਹਾ ਕਮੈਂਟਸ ਕਰਕੇ ਜ਼ਰੂਰ ਦੱਸਿਆ ਕਰੋ, ਜ਼ਰੂਰ ਜ਼ਰੂਰ ਹੀ ਕਮੈਂਟ ਕਰਿਆ ਕਰੋ। ਤੁਸੀਂ ਕਮੈਂਟਸ ਨਹੀਂ ਕਰਦੇ ਹੈਗੇ, ਵੀਡੀਓ ਦੇਖਦੇ ਹੋ ਅਤੇ ਦੇਖ ਕੇ ਚਲੇ ਜਾਂਦੇ ਹੋ, ਇੱਦਾਂ ਨਾ ਕਰਿਆ ਕਰੋ, ਫਿਰ ਇੱਦਾਂ ਹੁਣ ਮੈਂ ਵੀ ਇਕੱਲਾ ਬੰਦਾ ਕੀ ਬੋਲੇ ਅਤੇ ਕੀ ਵੀਡੀਓ ਬਣਾਵੇ, ਹੈ ਨਾ, ਸਮਝ ਨਹੀਂ ਲੱਗਦੀ ਹੈਗੀ। ਬਟ ਤੁਸੀਂ ਆਪਣੀ ਰਾਏ ਜ਼ਰੂਰ ਦੇ ਕੇ ਜਾਇਆ ਕਰੋ ਵੀ ਆਪਾਂ ਕਿੱਦਾਂ ਦੀ ਵੀਡੀਓ ਲੱਗਦੀ ਆ ਤੁਹਾਨੂੰ, ਹੈ ਨਾ। ਅਤੇ ਆਪਾਂ ਹੁਣ ਹੋਰ ਕੋਈ ਟੋਪਿਕ ਦੇ ਕੇ ਜਾਇਆ ਕਰੋ ਵੀ ਇਸ ਟੋਪਿਕ 'ਤੇ ਵੀਡੀਓ ਬਣਾਓ, ਹੈ ਨਾ। ਅਤੇ ਕੁਛ ਵੀ ਆਪਣੀ ਰਾਏ ਜ਼ਰੂਰ, ਆਪਣੇ ਵਿਚਾਰ ਜ਼ਰੂਰ ਰੱਖ ਕੇ ਜਾਇਆ ਕਰੋ, ਬਟ ਵਧੀਆ ਵਧੀਆ ਬੈਡ ਕਮੈਂਟ ਨਾ ਕਰਿਆ ਕਰੋ। ਅਤੇ ਬੈਡ ਕਮੈਂਟ ਵੈਸੇ ਹੁਣ ਤਾਂ ਬੰਦ ਹੋ ਗਏ ਜਦੋਂ ਦੀ ਮੈਂ ਵੀਡੀਓ ਪਾਈ ਆ, ਅਤੇ ਹੁਣ ਤਾਂ
ਲੱਗਦਾ ਮੈਨੂੰ ਵੀ ਸਮਝ ਪੈ ਗਈ, ਅਕਲ ਟਿਕਾਣੇ ਆ ਗਈ ਹੈ ਨਾ। ਅਤੇ ਹੁਣ ਤਾਂ ਵਾਹਿਗੁਰੂ ਦੀ ਕਿਰਪਾ ਨਾਲ, ਅਤੇ ਜਿੰਨੇ ਕੁ ਕਮੈਂਟ ਆਉਂਦੇ ਆਪਾਂ ਨੂੰ ਬਹੁਤ ਵਧੀਆ ਆਉਂਦੇ ਆ, ਪੋਜ਼ਿਟਿਵ ਆਉਂਦੇ ਆ, ਨੈਗੇਟਿਵ ਕਮੈਂਟ ਕੋਈ ਵੀ ਨਹੀਂ ਆਉਂਦਾ ਹੈਗਾ। ਅਤੇ ਨੈਗੇਟਿਵ ਕਮੈਂਟ ਵਾਲੇ ਕਰਨ ਵਾਲਿਆਂ ਨੂੰ ਆਪਾਂ ਰੋਕਥਾਮ ਲਾ ਦਈਦੀ ਹੁੰਦੀ ਆ, ਜਦੋਂ ਕੋਈ ਬਿਮਾਰੀ ਵੱਧਦੀ ਜਾਵੇ ਤਾਂ ਉਹਦਾ ਇਲਾਜ ਕਰ ਲੈਣਾ ਚਾਹੀਦਾ। ਅਤੇ ਲਓ ਜੀ ਆਪਾਂ ਗੱਲਾਂ ਬਾਤਾਂ ਕਰਦੇ ਕਰਦੇ ਤੁਹਾਡੇ ਨਾਲ, ਅਤੇ ਵਿੱਚ ਦੀ ਮੈਂ ਵੀਡੀਓ ਕੱਟ ਮਾਰਤਾ ਸੀ ਕਿਉਂਕਿ ਫਿਰ ਤਾਂ ਬਹੁਤ ਜ਼ਿਆਦਾ ਲੰਬੀ ਵੀਡੀਓ ਹੋ ਜਾਂਦੀ ਜਿਵੇਂ ਸਾਰੀ ਕਣਕ ਛਾਣਦੇ ਹੋਏ ਵੀਡੀਓ ਬਣਾਉਂਦੀ ਹੈ ਨਾ। ਅਤੇ ਕਣਕ ਆਪਾਂ ਛਾਣ ਲਈ ਆ, ਅਤੇ ਛਾਣ ਕੇ ਥੈਲਾ ਦੇਖ ਲਓ ਤੁਸੀਂ, ਆਪਾਂ ਭਰਤਾ ਹੈ। ਅਤੇ ਹੁਣ ਜਿਹੜੀ ਆ ਲਾਸਟ ਮੁੱਠੀ ਰਹਿ ਗਈ ਸੀਗੀ, ਇਹ ਵੀ ਆਪਾਂ ਛਾਣ ਕੇ ਥੈਲੇ ਦੇ ਵਿੱਚ ਪਾ ਦਾਂਗੇ। ਅਤੇ ਪਿੱਛੋਂ ਰਹਿ ਜੂਗਾ ਜਿਹੜਾ ਵਿੱਚੋਂ ਨਿਕਲਿਆ ਥੋੜ੍ਹਾ ਜਿਹਾ ਗੁੱਲੀ ਡੰਡਾ, ਕੂੜਾ ਜਿਹਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾ। ਅਤੇ ਉਹਨੂੰ ਆਪਾਂ ਬਾਹਰ ਅਤੇ ਜਾਨਵਰਾਂ ਵਾਸਤੇ ਢੇਰੀ ਕਰ ਆਵਾਂਗੇ ਰਸਤੇ ਦੇ ਵਿੱਚ, ਅਤੇ ਜਾਨਵਰ ਖਾ ਲੈਣਗੇ। ਅਤੇ ਮੈਂ ਚਾਦਰ ਬਾਹਰ ਝਾੜ ਕੇ ਰੱਖਤੀ ਹੈ ਸਾਈਡ 'ਤੇ ਧੋਣ ਵਾਸਤੇ। ਅਤੇ ਲਓ ਜੀ ਹੁਣ ਇੱਥੇ ਆਪਾਂ ਝਾੜੂ ਲਾ ਦਿੰਦੇ ਹਾਂ। ਅਤੇ ਪਤਾ ਨਹੀਂ ਕਿੱਥੋਂ ਧੋਤੀ ਕਣਕ, ਨਾਲੇ ਤਾਂ ਪਹਿਲਾਂ ਜਦੋਂ ਢੋਲ ਦੇ ਵਿੱਚ ਪਾਉਂਦੇ ਹਾਂ ਉਦੋਂ ਆਪਾਂ ਛਾ ਉਹ ਕਰਕੇ ਲਾਉਂਦੇ ਹਾਂ, ਪੱਖਾ ਲਾ ਕੇ ਹੈ ਨਾ ਅੜਾ ਕੇ ਕਣਕ ਢੋਲ ਦੇ ਵਿੱਚ ਪਾਉਂਦੇ ਹਾਂ। ਅਤੇ ਫਿਰ ਹੁਣ ਵੀ ਧੋਤੀ ਹੋਈ ਸੀਗੀ, ਮੈਨੂੰ ਸਮਝ ਨਹੀਂ ਲੱਗੀ ਹੈਗੀ, ਦੇਖ ਲਓ ਮੈਨੂੰ ਛਿੱਕਾਂ ਵੀ ਆ ਰਹੀਆਂ ਵੀ ਧੋਤੀ ਹੋਈ ਕਣਕ ਦੇ ਵਿੱਚ ਵੀ ਕਿੱਥੋਂ ਇੰਨੀ ਕੰਡ ਆ ਗਈ, ਸਮਝ ਨਹੀਂ ਲੱਗੀ ਹੈਗੀ ਮੈਨੂੰ। ਅਤੇ ਇੰਨੀ ਜ਼ਿਆਦਾ ਕੰਡ ਜੀ ਸੀਗੀ ਬਹੁਤ ਜ਼ਿਆਦਾ। ਅਤੇ ਲਓ ਜੀ ਹੁਣ ਥੈਲੇ ਨੂੰ ਕਰ ਦਿੰਦੇ ਹਾਂ ਸਾਈਡ 'ਤੇ, ਅਤੇ ਆਪਾਂ ਜਿਹੜੀ ਕੰਡ ਜੀ ਆ ਸਾਫ਼ ਸਾਫ਼ ਆਪਣਾ ਘਰ ਰਹੂਗਾ। ਅਤੇ ਮੈਂ ਬਟ ਕਣਕ ਇੱਥੇ ਬੈਠ ਕੇ ਛਾਣ ਲਈ, ਉੱਪਰ ਪੱਖਾ ਚੱਲਦਾ ਸੀ, ਕੰਡ ਜੀ ਕਮਰੇ 'ਚ ਵੀ ਚਲੀ ਗਈ। ਅਤੇ ਚਲੋ ਕੋਈ ਗੱਲ ਨਹੀਂ, ਆਪਣਾ ਘਰ ਸਾਫ਼ ਕਰਨ ਵਾਲਾ ਹੀ ਆ, ਹੁਣ ਚੰਗੀ ਤਰ੍ਹਾਂ ਐਨ ਝਾੜਨ ਪੂੰਝਣ ਵਾਲਾ ਹੋਇਆ ਪਿਆ। ਤਿਉਹਾਰ ਨੇੜੇ ਆਈ ਜਾਂਦੇ ਆ ਅਤੇ ਦਿਨ ਬਹੁਤ ਜ਼ਿਆਦਾ ਛੋਟੇ ਹੋ ਗਏ ਨੇ, ਅਤੇ ਕੰਮ ਹੋਣ ਬਸ ਹਜ਼ਾਰ ਦੇ ਪੇਪਰ ਖਤਮ ਹੋ ਗਏ, ਹੁਣ ਆਪਾਂ ਕੰਮਾਂ 'ਚ ਹੀ ਲੱਗਣਾ, ਹੁਣ ਆਪਾਂ ਬਿਜ਼ੀ ਹੋ ਜਾਣਾ ਕੰਮਾਂ ਦੇ ਵਿੱਚ ਪੂਰਾ। ਅਤੇ ਹੁਣ ਤਾਂ ਬਸ ਦਿਨ ਚੜ੍ਹ ਜਿਆ ਕਰਨਾ, ਛਿਪ ਜਿਆ ਕਰਨਾ, ਅਤੇ ਉੱਪਰੋਂ ਸਫਾਈਆਂ ਜਿਹੜੀਆਂ ਹੈ ਨਾ ਤਿਉਹਾਰਾਂ ਦੀਆਂ ਉਹ ਸ਼ੁਰੂ ਹੋ ਜਾਣੀਆਂ ਨੇ। ਅਤੇ ਫਿਰ ਦਿਨ ਦਾ ਵੀ ਨਹੀਂ ਪਤਾ ਲੱਗਿਆ ਕਰਨਾ ਕਦੋਂ ਚੜ੍ਹ ਗਿਆ ਕਦੋਂ ਛਿਪ ਗਿਆ, ਅਤੇ ਦਿਨ ਤਾਂ ਹੁਣੇ ਬਹੁਤ ਜ਼ਿਆਦਾ ਛੋਟੇ ਹੋ ਗਏ ਨੇ ਹੈ ਨਾ। ਅਤੇ ਚਲੋ ਜੀ ਕੋਈ ਗੱਲ ਨਹੀਂ, ਦਿਨ ਤਿਉਹਾਰ ਸਭ ਕੁਛ ਆਉਂਦੇ ਜਾਂਦੇ ਰਹਿੰਦੇ ਆ ਹੈ ਨਾ। ਅਤੇ ਆਪਾਂ ਜ਼ਿੰਦਗੀ 'ਚ ਤੰਦਰੁਸਤੀ ਚਾਹੀਦੀ ਆਪਾਂ ਨੂੰ, ਤੰਦਰੁਸਤੀ ਹੋਵੇ ਤਾਂ ਸਾਰਾ ਕੁਛ ਹੋ ਜਾਂਦਾ। ਅਤੇ ਵਾਹਿਗੁਰੂ ਮੈਨੂੰ ਤੰਦਰੁਸਤ ਰੱਖੇ, ਕਿਉਂਕਿ ਪਿਛਲੇ ਸਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਜਿਹੜੇ ਜਿਹੜੇ ਮੇਰੇ ਨਾਲ ਪੁਰਾਣੇ ਜੁੜੇ ਹੋਏ ਆ ਹੈ ਨਾ ਮੇਰੇ ਵਿਊਵਰਸ, ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਦੋਂ ਮੈਂ ਸਫਾਈਆਂ ਦਿਵਾਲੀ ਦੀਆਂ ਸ਼ੁਰੂ ਕੀਤੀਆਂ ਸੀ ਤਾਂ ਮੇਰੇ ਨਾਲ ਕੀ ਹੋ ਗਿਆ ਸੀ। ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ, ਅੱਜ ਵੀ ਜ਼ਹਿਰ ਯਾਦ ਕਰਦਾ ਸੀ ਹੈ ਨਾ, ਕਹਿੰਦਾ ਮੰਮੀ ਕਿੱਦਾਂ ਬਿਮਾਰ ਹੋ ਗਏ ਸੀਗੇ, ਅਤੇ ਡੈਡੀ ਕਹਿੰਦੇ ਰਹਿਣ ਦੇ ਨੰਗੇ ਸਮੇਂ ਨੂੰ ਯਾਦ ਨਹੀਂ ਕਰੀਦਾ। ਗੱਲ ਸਹੀ ਆ, ਨੰਗੇ ਸਮੇਂ ਨੂੰ ਕੀ ਯਾਦ ਕਰਨਾ, ਜਿਹੜਾ ਲੰਘ ਗਿਆ ਚਲੋ ਵਧੀਆ ਸੀ, ਵਾਹਿਗੁਰੂ ਨੇ ਜੋ ਵੀ ਦਿੱਤਾ ਕੁਛ ਚੰਗੇ ਦੇ ਲਈ ਉਹ ਹੈ ਨਾ ਹੁੰਦਾ ਹੁੰਦਾ। ਅਤੇ ਚਲੋ ਜੀ ਆਪਾਂ ਝਾੜੂ ਲਾਤਾ, ਅਤੇ ਹੁਣ ਨਹਾ ਕੇ ਮੈਂ ਆ ਗਈ ਕਿਚਨ ਦੇ ਵਿੱਚ, ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਹੀ ਆ ਵੀ ਆਪਾਂ ਕੜਾਹੀ ਕਰਨੀ ਆ ਅਤੇ ਮੱਥਾ ਟੇਕਣਾ ਚੌਲਾਂ ਦਾ। ਅਤੇ ਹੁਣ ਇਹਦੇ ਵਿੱਚ ਬਹੁਤੇ ਲੋਕ ਕਹਿਣਗੇ ਕੜਾਹੀ ਕਰਨੀ ਜੇ ਕਰਨੀ, ਕੁਛ ਨਹੀਂ ਹੁੰਦਾ ਹੁੰਦਾ, ਖਵਾਜੇ ਦਾ ਮੱਥਾ ਟੇਕਣਾ ਹੀ ਪੈਂਦਾ ਕੋਈ ਵੀ ਚੀਜ਼ ਆ। ਜੇ ਹੁਣ ਆਪਾਂ ਪਾਣੀ ਆ, ਇਹ ਦੇਵਤਾ ਆ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ ਹੈ ਨਾ। ਅਤੇ ਜਿਹੜਾ ਪਾਣੀ ਆ ਉਹ ਆਪਣਾ ਪਿਤਾ ਹੁੰਦਾ ਆ, ਅਤੇ ਇਹਦਾ ਮੱਥਾ ਟੇਕਣਾ ਬਣਦਾ ਆ। ਅਤੇ ਇਹਨੂੰ ਬਾਲੇ ਵਹਿਮਾਂ ਭਰਮਾਂ ਦੇ ਵਿੱਚ ਨਹੀਂ ਲਈਦਾ, ਕੁਛ ਵੀ ਨਹੀਂ ਇਹਦੇ ਵਿੱਚ ਆਪਾਂ ਨੇ ਬਾਲਾ ਕੁਛ ਨਹੀਂ ਕਰਨਾ। ਚੌਲਾਂ ਦੀ ਮੁੱਠੀ ਲਈ ਆ ਆਪਾਂ ਨੇ, ਅਤੇ ਦੇਸੀ ਘਿਓ ਦਾ ਤੜਕਾ ਲਾ ਦਿਓ, ਜਾਂ ਮੈਂ ਦੇਸੀ ਘਿਓ ਵਿੱਚ ਹੀ ਬਸ ਸਾਰਾ ਕੁਛ ਐਡ ਕਰਤਾ, ਪਾਣੀ ਐਡ ਕਰਤਾ, ਚੌਲ ਐਡ ਕਰਤੇ, ਅਤੇ ਇੱਕ ਕੜਛੀ ਦੇਸੀ ਘਿਓ ਦੀ ਪਾਤੀ, ਅਤੇ ਬਸ ਜੀ ਪਾ ਕੇ ਆਪਾਂ ਉਹਨਾਂ ਨੂੰ ਬਣਨ ਵਾਸਤੇ ਰੱਖਤਾ। ਅਤੇ ਇੰਨੀ ਦੇਰ ਨੂੰ ਆਪਾਂ ਇੱਧਰ ਉੱਧਰੋਂ ਭਾਂਡੇ ਠੀਕਰ ਚੱਕ ਲੈਂਦੇ ਹਾਂ, ਇੰਨੀ ਦੇਰ ਨੂੰ ਆਪਣੇ ਚੌਲ ਬਣ ਜਾਣੇ ਆ। ਅਤੇ ਵਹਿਮ ਭਰਮ ਕੋਈ ਵੀ ਨਹੀਂ ਹੁੰਦਾ, ਅਤੇ ਜਿੱਦਾਂ ਆਪਣੇ ਰੀਤੀ ਰਿਵਾਜ਼ ਚੱਲੇ ਆਉਂਦੇ, ਅਤੇ ਉੱਦਾਂ ਉੱਦਾਂ ਆਪਣੇ ਆਪਣੇ ਰਿਵਾਜ਼ਾਂ ਦੇ ਨਾਲ ਆਪਣੇ ਪਿਛੋਕੜ ਦੇ ਨਾਲ ਜੁੜ ਕੇ ਰਹਿਣ ਦੇ ਲਈ ਆਪਾਂ ਨੂੰ ਜ਼ਿੰਦਗੀ ਇਹਨੂੰ ਹੀ ਜਿਉਣਾ ਕਹਿੰਦੇ ਆ, ਜ਼ਿੰਦਗੀ ਆਸਾਨ ਤਰੀਕੇ ਨਾਲ ਜਿਉਣਾ ਇਸੇ ਨੂੰ ਕਹਿੰਦੇ ਆ ਵੀ ਆਪਾਂ ਆਪਣੇ ਪਿਛੋਕੜ ਨਾਲ ਜੁੜ ਕੇ ਰਹੋ ਹੈ ਨਾ। ਅਤੇ ਬਾਕੀ ਹੋਰ ਲੱਲੇ ਭੱਬੇ ਦੁਨੀਆਂ 'ਤੇ ਬਥੇਰੇ ਚੱਲਦੇ ਰਹਿੰਦੇ, ਆਪਾਂ ਉਹਨਾਂ ਵੱਲ ਧਿਆਨ ਨਹੀਂ ਦਿੰਦੇ ਹੈਗੇ। ਅਤੇ ਆਪਣਾ ਧਿਆਨ ਆਪਣੇ ਕੰਮ ਵੱਲ ਅਤੇ ਆਪਣੇ ਫੋਕਸ 'ਤੇ ਹੀ ਰੱਖਣਾ ਆ, ਫੋਕਸ ਕਰਨਾ ਆ ਆਪਣੇ ਕੰਮ ਨੂੰ, ਠੀਕ ਆ ਜੀ। ਅਤੇ ਲਓ ਜੀ ਗੱਲਾਂ ਬਾਤਾਂ ਕਰਦੇ ਕਰਦੇ ਆਪਣੇ ਚੌਲ ਵੀ ਬਣ ਗਏ ਨੇ। ਅਤੇ ਬਸ ਮੈਂ ਤੁਹਾਨੂੰ ਕਹਿਤਾ ਆ ਵੀ ਇਹਨੂੰ ਵਹਿਮ ਭਰਮ ਕੋਈ ਨਹੀਂ ਕਰਨਾ, ਕਿਉਂਕਿ 2 ਮਹੀਨੇ ਤੋਂ ਸਾਡਾ ਜਿਹੜਾ ਮੋਟਰ ਖੜੀ ਸੀਗੀ ਅਤੇ ਨਹੀਂ ਸਮਰਾਈ ਹੈਗੀ,
ਅਤੇ ਉਹਦਾ ਵੀ ਕੋਈ ਕਾਰਨ ਰੀਜਨ ਸੀਗਾ, ਕੋਈ ਨਹੀਂ ਠੀਕ ਕਰਵਾਈ ਅਤੇ ਹੁਣ ਠੀਕ ਕਰਵਾਈ ਆ। ਠੀਕ ਅੱਜ ਤੋਂ ਮੇਰੇ ਖਿਆਲ 15-20 ਦਿਨ ਪਹਿਲਾਂ ਮੋਟਰ ਠੀਕ ਹੋ ਗਈ ਸੀ, ਅਤੇ ਉਹ ਖੂਹੀ ਵਾਲੀ ਮੋਟਰ ਆ ਜਿਹੜੀ, ਉਹਦੇ ਵਿੱਚ ਸੇਮ ਸੀਗੀ। ਇਹਨਾਂ ਨੇ ਫਿਰ ਮੋਟਰ ਚਲਾਈ ਨਹੀਂ ਹੈਗੇ, ਕਹਿੰਦੇ ਚੰਗੀ ਤਰ੍ਹਾਂ ਸੁੱਕ ਜਾਵੇ ਅਤੇ ਸੁੱਕੇ ਤੋਂ ਬਾਅਦ ਚਲਾਵਾਂਗੇ। ਅਤੇ ਚਲੋ ਜੀ, ਮੋਟਰ ਆਪਣੀ ਅੱਜ ਸਵੇਰੇ ਚਲਾਈ ਸੀ, ਇਹਨਾਂ ਨੇ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਚੱਲ ਪਈ ਆ। ਅਤੇ ਵਾਹਿਗੁਰੂ ਕਰੇ ਆਪਣਾ ਇੱਦਾਂ ਹੀ ਮੋਟਰ ਚੱਲਦੀ ਰਹੇ, ਬੋਰ ਚੱਲਦਾ ਰਹੇ, ਹੈ ਨਾ। ਅਤੇ ਆਪਾਂ ਕੰਮ ਕਰਦੇ ਰਹੀਏ। ਅਤੇ ਪਾਣੀ ਆ ਤਾਂ ਸਭ ਕੁਛ ਆ, ਜੇ ਪਾਣੀ ਨਹੀਂ ਹੈਗਾ ਤਾਂ ਕੁਛ ਵੀ ਨਹੀਂ, ਜੀਵਨ ਖਤਮ ਆ। ਅਤੇ ਲਓ ਜੀ, ਇੱਥੇ ਆਪਾਂ ਚਿਰਾਗ ਕਰ ਦਾਂਗੇ ਕਣਕ ਦੇ ਆਟੇ ਦਾ, ਅਤੇ ਦੇਸੀ ਘਿਓ ਇਹਦੇ ਵਿੱਚ ਪਾ ਦਾਂਗੇ। ਅਤੇ ਇੱਥੇ ਜ਼ਹਿਰ ਨਹਾ ਕੇ ਆਇਆ ਸੀ, ਮੈਂ ਉਹਨੂੰ ਕਹੀ ਜਾਂਦੀ ਸੀ ਵਾਲਾਂ ਦੇ ਵਿੱਚ ਪਾਣੀ ਫਿਰ ਪਾ ਕੇ ਆ ਗਿਆ, ਤੂੰ ਵੀ ਪਾਣੀ ਨਾ ਪਾਇਆ ਕਰ ਵਾਲ, ਹੁਣ ਡੇਲੀ ਨਾ ਗਿੱਲੇ ਕਰਿਆ ਕਰ, ਮੌਸਮ ਚੇਂਜ ਹੋ ਗਿਆ ਆ। ਅਤੇ ਉਹ ਆਪਦੀ ਸ਼ਕਲ ਦੇਖਦਾ ਸੀ ਇੱਥੇ ਮੈਂ ਕਿੱਦਾਂ ਦਾ ਲੱਗਦਾ ਹੈ। ਅਤੇ ਲਓ ਜੀ, ਚਿਰਾਗ ਵੀ ਕਰਤਾ ਹੈ ਆਪਾਂ ਨੇ, ਅਤੇ ਚੌਲ ਪਾ ਦਾਂਗੇ ਆਪਾਂ ਡੋਲੂ ਦੇ ਵਿੱਚ, ਮੱਥਾ ਟੇਕ ਕੇ ਆਉਣਗੇ ਜਿਹਾਰ ਦੇ ਡੈਡੀ ਜਾ ਕੇ। ਜਿਹਾਰ ਵੀ ਕਹਿੰਦਾ ਸੀ ਜਾਣ ਨੂੰ, ਬਟ ਨਹੀਂ ਜਾਇਆ ਗਿਆ, ਕਿਉਂਕਿ ਮੈਂ ਉਹਨੂੰ ਕਿਹਾ ਵੀ ਜਾਇਆ ਨਹੀਂ ਜਾਣਾ, ਰਸਤੇ ਦੇ ਵਿੱਚ ਘਾਹ ਫੂਸ ਬਹੁਤ ਆ, ਉੱਥੇ ਵੀ ਤੂੰ ਕਿੱਦਾਂ ਲੰਘੇਗਾ, ਵਿੱਚ ਦੀ ਐਲਰਜੀ ਹੋ ਜਾਂਦੀ ਆ ਜਿਹਾਰ ਨੂੰ। ਹੋਰ ਤਾਂ ਕੁਛ ਨਹੀਂ, ਰਸਤਾ ਸਾਫ਼ ਹੋਵੇ, ਜੇ ਤਾਂ ਰਸਤੇ ਦੇ ਵਿੱਚ ਦੀ ਜਾਂਦੇ, ਗੱਲ ਹੋਰ ਸੀ, ਖਾਲ ਦੇ ਉੱਪਰ 'ਚ ਹੀ ਤੁਰ ਕੇ ਜਾਣਾ ਸੀ। ਫਿਰ ਉਹਦੇ ਕਰਕੇ ਮੈਂ ਜਿਹਾਰ ਨੂੰ ਕਹਿ ਤਾ ਤੈਂ ਨਹੀਂ ਜਾਣਾ ਹੈਗਾ, ਵੀ ਤੇਰੇ ਡੈਡੀ ਜਾਣਗੇ, ਮੱਥਾ ਟੇਕ ਕੇ ਆਉਣਗੇ। ਅਤੇ ਮੈਂ ਤਾਂ ਕਦੇ ਗਈ ਨਹੀਂ, ਮੈਨੂੰ ਤਾਂ ਪਤਾ ਨਹੀਂ ਕਿੰਨੇ ਕੁ ਸਾਲ ਹੋ ਗਏ ਸਾਡੀ ਜਿਹੜੀ ਮੋਟਰ ਆ ਉੱਥੇ ਗਈ ਨੂੰ, ਮੈਂ ਤਾਂ ਕਦੇ ਗਈ ਨਹੀਂ ਹੈਗੀ। ਬਹੁਤ ਸਾਲ ਹੋ ਗਏ ਮੈਨੂੰ ਤਾਂ, 7-8 ਸਾਲ ਤੋਂ ਉੱਪਰ ਦਾ ਟਾਈਮ ਹੋ ਗਿਆ ਹੋਣਾ, ਮੈਂ ਕਦੇ ਮੋਟਰ 'ਤੇ ਨਹੀਂ ਗਈ ਹੈਗੀ। ਅਤੇ ਜਾਣਾ ਚਾਹੀਦਾ ਤਾਂ ਹੈਗਾ, ਬਟ ਕਦੇ ਲੋੜ ਨਹੀਂ ਪਈ ਹੈਗੀ। ਮੋਟਰ ਜਿਹੜੀ ਆਪਣੇ ਗੇਟ ਅੱਗੇ ਹੈਗੀ, ਉੱਥੇ ਜਾ ਆਈਦਾ, ਆਪਣੇ ਖੇਤ, ਆਪਣੇ ਖੇਤਾਂ ਦੇ ਵਿੱਚ ਰਹਿੰਦੇ ਹੀ ਆਪਾਂ, ਤੁਹਾਨੂੰ ਪਤਾ ਹੀ ਆ। ਅਤੇ ਜਿਹੜੀ ਆਪਣੀਆਂ 2 ਮੋਟਰ ਰਹਿੰਦੇ, ਦੂਜੀ ਮੋਟਰ 'ਤੇ ਮੈਂ ਕਦੇ ਨਹੀਂ ਗਈ ਹੈਗੀ। ਚਲੋ, ਕਦੇ ਵਾਹਿਗੁਰੂ ਸਬੱਬ ਬਣਾਵਾਂਗੇ, ਬਣਾਊਗਾ ਅਤੇ ਆਪਾਂ ਜਾਵਾਂਗੇ, ਕੋਈ ਗੱਲ ਨਹੀਂ। ਅਤੇ ਫਿਲਹਾਲ ਆਪਣੇ ਚਿਰਾਗ ਬਣ ਗਏ ਨੇ, ਅਤੇ ਯਾਰ ਦੇ ਡੈਡੀ ਮੱਥਾ ਟੇਕ ਕੇ ਆਉਣਗੇ, ਅਤੇ ਚੌਲ ਪਾ ਦੂੰਗੀ ਮੈਂ ਡੋਲੂ ਦੇ ਵਿੱਚ। ਅਤੇ ਚਲੋ ਜੀ, ਅੱਜ ਦਾ ਵਲੋਗ ਆਪਾਂ ਇੱਥੇ ਹੀ ਖਤਮ ਐਂਡ ਕਰਦੇ ਹਾਂ ਅੱਜ ਦੇ ਵਲੋਗ ਦਾ, ਅਤੇ ਮਿਲਦੇ ਹਾਂ ਨੈਕਸਟ ਵਲੋਗ ਦੇ ਨਾਲ। ਅਤੇ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗਿਆ ਹੋਊ, ਵਧੀਆ ਲੱਗਿਆ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ। ਅਤੇ ਮਿਲਦੇ ਹਾਂ ਜੀ ਆਪਾਂ ਵਧੀਆ ਵਧੀਆ ਕੰਮਾਂ ਕਾਰਾਂ ਦੇ ਨਾਲ, ਅਤੇ ਵਧੀਆ ਵਧੀਆ ਨਵੇਂ ਨਵੇਂ ਵਲੋਗ ਦੇ ਨਾਲ। ਅਤੇ ਹੁਣ ਆਪਾਂ ਆਪਣੀਆਂ ਸਫਾਈਆਂ ਸ਼ੁਰੂ ਕਰਨੀਆਂ, ਆਪਾਂ ਆਪਣੇ ਕੰਮ ਸ਼ੁਰੂ ਕਰਨੇ ਆ, ਅਤੇ ਬੱਚਿਆਂ ਦੇ ਪੇਪਰ ਖਤਮ ਹੋ ਗਏ, ਬੱਚੇ ਆਪਣੇ। ਅਤੇ ਚਲੋ ਜੀ, ਮਿਲਦੇ ਹਾਂ ਨੈਕਸਟ ਵਲੋਗ ਦੇ ਨਾਲ, ਤਦ ਤੱਕ ਲਈ ਬਾਏ ਬਾਏ, ਟੇਕ ਕੇਅਰ।